ਵੀ ਵਨ ਪੀਸ ਪਿਲਰ ਲਾਇਓ ਆ ਜੀ ਵਿੱਚ ਉਹ ਤੋਂ ਠੀਕ ਪਤਾ ਹੁਣ ਜਾਣ ਨਹੀਂ ਦਿੰਦੇ, ਪਰ ਅੱਜ ਆਪਾਂ ਪਾਇਲਟ ਦੇ ਕੀ ਕਹਿੰਦੇ ਕਾਕਪਿਟ ਕਹਿ ਦਿੰਦੇ ਉਹਨੂੰ, ਉਹਦੇ ਵਿੱਚ ਆਪਾਂ ਪਹੁੰਚੇ ਹੈਗੇ। ਖੁੱਲੇ ਸੰਦੇਸ਼ ਹੈ ਜੀ, ਜੋ ਮਰਜ਼ੀ ਜਦੋਂ ਮਰਜ਼ੀ ਆਉਣ ਦੇਖਣ ਜੀ। ਠੀਕ ਹੈ, ਫਰਜੇ ਕੋਲੇ ਬੈਠਾ ਹੁੰਦਾ ਮੇਰੇ ਵਰਗਾ, ਐਂ ਦੇਖੀ ਜਾਂਦਾ ਵੀ ਆਹ ਨਜ਼ਾਰੇ ਆਈ ਜਾਂਦਾ, ਦੇਖੋ ਇੱਥੇ ਨਜ਼ਾਰੇ ਆਉਂਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰੀ ਘਰਾਂਗਣਾ। ਤੁਸੀਂ ਉੜਦੇ ਜਹਾਜ਼ ਬਹੁਤ ਦੇਖੇ ਹੋਣੇ ਨੇ ਅਤੇ ਰਨਵੇ 'ਤੇ ਖੜ੍ਹੇ ਜਹਾਜ਼ ਬਹੁਤ ਦੇਖੇ ਹੋਣੇ ਨੇ, ਜਹਾਜ਼ਾਂ ਦੇ ਵਿੱਚ ਹੋਟਲ ਬਣੇ ਬਥੇਰੇ ਦੇਖੇ ਹੋਣੇ ਆ, ਪਰ ਜਿਹੜਾ ਅੱਜ ਜਹਾਜ਼ ਤੁਹਾਨੂੰ ਦਿਖਾਉਣ ਲੈ ਕੇ ਆਇਆ ਨਾ, ਇਹਦੇ ਵਿੱਚ ਘਰ ਬਣਿਆ ਹੋਇਆ, ਇਹ ਪਹਿਲੀ ਵਾਰ ਦੇਖੋਗੇ ਤੁਸੀਂ। ਅਤੇ ਇਹਦੀ ਆਪਾਂ ਬਰੀਕੀ ਨਾਲ ਗੱਲਬਾਤ ਕਰਾਂਗੇ, ਕਿਵੇਂ ਇੱਕ ਕਿਸਾਨ ਨੇ ਖੇਤ ਦੇ ਵਿੱਚ ਆਪਦੇ ਘਰ ਦੇ ਵਿੱਚ ਇੱਕ ਜਹਾਜ਼ ਖੜਾਤਾ ਜਿਹਦੇ ਵਿੱਚ ਦੋ ਰੂਮ ਵੀ ਬਣੇ ਹੋਏ ਨੇ, ਉਹਦੀ ਸਾਰੀ ਬਰੀਕੀ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਦੀ ਫੈਮਿਲੀ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਆਪਣਾ ਨਾਮ ਅਤੇ ਆਪਾਂ ਕਿਹੜੇ ਪਿੰਡ ਖੜੇ ਹਾਂ ਜੀ? ਮੇਰਾ ਨਾਮ ਸਤਪਾਲ ਸਿੰਘ, ਸਰਪੰਚ ਪਿੰਡ ਬਾਹਦ, ਪਿੰਡ ਬਾਹਦ ਖੜੇ ਹਾਂ ਜੀ। ਬਾਹਦ ਜੀ, ਹਾਂਜੀ। ਕਿਹੜੇ ਉਹ 'ਚ ਪੈਂਦਾ ਜੀ? ਨੀਅਰ ਫਗਵਾੜਾ। ਨੀਅਰ ਫਗਵਾੜਾ, ਤਹਿਸੀਲ ਫਗਵਾੜਾ ਅਤੇ ਕਪੂਰਥਲਾ ਡਿਸਟ੍ਰਿਕਟ ਆ ਜੀ। ਕਪੂਰਥਲਾ ਡਿਸਟ੍ਰਿਕਟ, ਹਾਂਜੀ। ਅਤੇ ਇੱਕ ਨਾ ਜੀ ਅੱਜ ਬਹੁਤ ਦੇਖ ਕੇ ਹੈਰਾਨੀ ਹੋਈ, ਕਿਉਂਕਿ ਲੋਕ ਆ ਜਿਹੜੀਆਂ ਕੋਠੀਆਂ ਪਾਉਂਦੇ ਨੇ, ਆ ਜਿਹੜੇ ਮਹਿਲ ਪਾ ਦਿੰਦੇ ਨੇ, ਪਰ ਤੁਸੀਂ ਖੇਤ 'ਚ ਆਪਦੇ ਕੋਠੀ ਦੇ ਉੱਪਰ ਜਹਾਜ਼ ਹੀ ਖੜਾਤਾ, ਇਹਦੇ ਪਿੱਛੇ ਦਾ ਕੀ ਕਾਰਨ ਹੋਇਆ ਜੀ? ਥੈਂਕ ਯੂ। ਇਹ ਸਾਡੇ ਬੜੇ ਬ੍ਰਦਰ ਅਤੇ ਬੜੇ ਭਰਜਾਈ ਜੀ ਯੂਕੇ ਵਿੱਚ ਰਹਿ ਰਹੇ ਨੇ ਜੀ। ਠੀਕ ਹੈ ਜੀ, ਕੀ ਨਾਮ ਸੀ ਉਹਨਾਂ ਦਾ? ਕਮਲਜੀਤ ਸਿੰਘ। ਠੀਕ ਹੈ। ਅਤੇ ਭਰਜਾਈ ਕੁਲਵਿੰਦਰ ਕੌਰ। ਠੀਕ ਹੈ। ਅਤੇ ਉਹਨਾਂ ਦੇ ਬੱਚੇ ਦੋ ਲੜਕੀਆਂ ਜੀ। ਠੀਕ ਹੈ ਜੀ। ਮਨਜੀਤ ਕੌਰ ਅਤੇ ਨਰਿੰਦਰ ਕੌਰ, ਅਤੇ ਉਹ ਵਿਆਹੇ ਹੋਏ ਹਨ। ਠੀਕ ਹੈ ਜੀ। ਇੱਕ ਬੜੇ ਪ੍ਰਾਹੁਣੇ ਦਾ ਨਾਂ ਅਮਨਜੀਤ ਸੰਘਾ, ਅਤੇ ਛੋਟੇ ਦਾ ਹੈਗਾ ਜੀ ਸੁਖਦੀਪ ਸਿੰਘ ਬਾਈਆ। ਠੀਕ ਹੈ ਜੀ। ਅਤੇ ਦੋਨੇ ਪਰਿਵਾਰ ਬਹੁਤ ਵਧੀਆ, ਸਾਡੇ ਬੱਚੇ ਸਾਡੇ ਬੱਚਿਆਂ ਵਰਗੇ ਹੀ ਆ ਜੀ। ਠੀਕ ਹੈ। ਬਹੁਤ ਪਿਆਰ ਦੇ ਰਿਹਾ ਜੀ, ਹਰ ਸਾਲ 2 ਸਾਲ 'ਚ 2 ਵਾਰੀ ਤਕਰੀਬਨ ਇੱਥੇ ਇਨ ਟੱਚ ਰਹਿੰਦੇ ਸਾਡੇ ਨਾਲ। ਠੀਕ ਹੈ ਜੀ। ਇਹ ਉਹਨਾਂ ਦਾ ਆਈਡੀਆ ਸੀਗਾ? ਇਹ ਸਾਡੇ ਬ੍ਰਦਰ ਬੜੇ ਦਾ ਕਮਲਜੀਤ ਸਿੰਘ ਦਾ ਆਈਡੀਆ ਸੀਗਾ। ਠੀਕ ਹੈ ਜੀ। ਅਤੇ ਉਹ ਪਰਿਵਾਰ ਨੂੰ ਇਹ ਚੀਜ਼ ਦੇਣੀ ਚਾਹੁੰਦੇ, ਪਿੱਛੇ ਪਰਿਵਾਰ 'ਚ ਕੋਈ ਚੀਜ਼ ਦੱਸੇ, ਵਧੀਆ ਲੱਗੇ ਜੀ। ਅੱਛਾ ਜੀ, ਹਾਂਜੀ। ਠੀਕ ਹੈ ਜੀ। ਅਤੇ ਹੁਣ ਇਹਦੇ ਬਾਰੇ ਆਪਾਂ ਗੱਲਬਾਤ ਕਰੀਏ, ਮਤਲਬ ਉਹ ਹੁਣ ਇੱਥੇ ਨੇ ਜਾਂ ਬਾਹਰ ਰਹਿੰਦੇ ਨੇ ਜੀ? ਉਹ ਯੂਕੇ 'ਚ ਹੈ ਜੀ ਸਾਰੇ, ਅਤੇ ਬ੍ਰਦਰ ਸਾਡੇ ਪੂਰੇ ਐਕਸਪਾਇਰ ਹੋ ਗਏ ਜੀ, 2 ਸਾਲ ਹੋ ਗਏ। ਹਾਂਜੀ। ਠੀਕ ਹੈ ਜੀ। ਉਹਨੇ ਬਣਿਆ ਪੂਰਾ ਨਹੀਂ ਦੇਖਿਆ, ਜਦਕਿ ਰੈਡੀ ਹੋ ਪਹੁੰਚ ਗਿਆ ਸੀ। ਜਿਨ੍ਹਾਂ ਦਾ ਸੁਪਨਾ ਸੀਗਾ ਉਹਨਾਂ ਨੇ ਪੂਰਾ ਆਪ ਨਹੀਂ ਦੇਖਿਆ ਜੀ? ਨਹੀਂ ਦੇਖਿਆ ਜੀ। ਚਲੋ, ਬਹੁਤ ਸੋ ਸੈਡ, ਪਰ ਚਲੋ ਉਹਨਾਂ ਜਿਹੜਾ ਸੁਪਨਾ ਸੀ ਉਹਨੂੰ ਅੱਜ ਪੂਰੀ ਦੁਨੀਆ ਦੇਖ ਰਹੀ ਹੈਗੀ, ਜੋ ਆਪ ਨਹੀਂ ਦੇਖ ਸਕਦੇ। ਯਾਦਗਾਰ ਛੱਡ ਗਿਆ ਜੀ ਸਾਡੇ ਸਾਰੇ ਪਰਿਵਾਰ ਲਈ ਅਤੇ ਸਾਡੀ ਦੁਨੀਆ ਲਈ। ਬਿਲਕੁਲ, ਬਹੁਤ ਵੱਡੀ ਮਾਣ ਵਾਲੀ ਗੱਲ ਹੈ ਤੁਹਾਡੇ ਪਰਿਵਾਰ ਲਈ। ਹਾਂਜੀ। ਅਤੇ ਹੁਣ ਆਪਾਂ ਗੱਲਬਾਤ ਕਰਦੇ ਜੀ, ਇਹ ਪਹਿਲਾਂ ਤਾਂ ਐਂ ਦੱਸੋ ਵੀ ਤਾਂ ਨਕਸ਼ਾ ਕਿੱਥੋਂ ਲਿੱਤਾ ਜਾਂ ਕਿਵੇਂ ਬਣਾਇਆ ਜੀ ਆਪਾਂ? ਇਹ ਵੀ ਸਾਡੇ ਬੱਚਿਆਂ ਨੇ, ਉਹਨਾਂ ਨੇ ਜਹਾਜ਼ ਦਾ ਮਾਮਲੇ ਨੂੰ ਭੇਜਿਆ ਸੀਗਾ, ਉਹਦੇ ਆਧਾਰ 'ਤੇ ਅਸੀਂ ਬਣਾਇਆ ਸੀਗਾ। ਬਿਲਡਰ ਜਿਹੜਾ ਸਾਡਾ ਫਗਵਾੜੇ ਤੋਂ ਸੀਗਾ ਜੀ, ਮਿਸਤਰੀ ਫਗਵਾੜੇ ਤੋਂ। ਹਾਂਜੀ। ਠੀਕ ਹੈ ਜੀ। ਅਤੇ ਕਿੰਨਾ ਇਹ ਸਕੇਅਰ 'ਚ ਬਣਿਆ ਹੋਇਆ, ਕਿੰਨੇ ਏਰੀਏ 'ਚ ਬਣਿਆ ਹੋਇਆ? ਇਹ 71 ਫੁੱਟ ਲੰਬਾਈ ਹੈ ਜੀ ਇਹਦੀ। ਠੀਕ ਹੈ ਜੀ। ਅਤੇ ਥੱਲਿਓਂ ਜਿਹੜੀ ਹਾਈਟ ਆ ਫਲੋਰ ਟੂ ਫਲੋਰ ਇਹਦੀ 38 ਫੁੱਟ ਹੈ ਜੀ। 38 ਫੁੱਟ ਥੱਲਿਓਂ ਬਿਲਕੁਲ ਨੀਚੇ? ਹਾਂਜੀ ਹਾਂਜੀ। ਠੀਕ ਹੈ ਜੀ। ਅਤੇ ਕਿੰਨੀ ਕੁ ਕੋਸਟ ਆ ਗਈ ਸੀ ਇਹਦੀ ਉਸ ਟਾਈਮ 'ਤੇ ਜੀ? ਇਹ ਜੀ 40 ਤੋਂ 45 ਲੱਖ ਦੇ ਵਿੱਚ ਵਿੱਚ ਆਈ ਜੀ। 40 ਤੋਂ 45 ਲੱਖ। ਹਾਂਜੀ। ਇੱਟ ਆਪਾਂ ਨੋਰਮਲ ਜਿਹੜਾ ਮਟੀਰੀਅਲ ਯੂਜ ਕੀਤਾ ਨੋਰਮਲੀ ਕੀਤਾ ਜਾਂ ਕੋਈ ਐਕਸਟਰਾ ਵੀ ਮੰਗਵਾਇਆ ਜੀ ਕੁਛ? ਨਹੀਂ, ਇਹਦੇ ਵਿੱਚ ਐਕਸਟਰਾ ਕੁਛ ਨਹੀਂ ਜੀ, ਆਪਣਾ ਸਿਰਫ ਬਜਰੀ ਸਰੀਆ ਅਤੇ ਕੋਰੋ ਸੈਂਡ ਇੱਕ, ਅਤੇ ਸੀਮਿੰਟ ਜੋ ਇਹੀ ਆ। ਠੀਕ ਹੈ ਜੀ। ਹਾਂਜੀ। ਅਤੇ ਇੱਕ ਮੈਂ ਪਿੱਲਰ ਦੇਖ ਰਿਹਾ ਜੀ, ਬਹੁਤ ਭਾਰੇ ਨਜ਼ਰ ਆ ਰਹੇ ਨੇ ਵੀਡੀਓ ਦੇ ਵਿੱਚ, ਵੀ ਦਰਸ਼ਕ ਵੀ ਦੇਖ ਰਹੇ ਹੋਣਗੇ, ਇਹ ਪਿੱਲਰ ਕਿੰਨੇ ਕੁ ਡੂੰਘੇ ਆਪਾਂ ਲਾਏ ਨੇ? ਜਿਵੇਂ ਆਪਾਂ ਨਾ ਇੱਕ ਪਾਣੀ ਵਾਲੀ ਟੈਂਕੀ ਵਾਸਤੇ ਲਾਉਣੇ ਹੁੰਦੇ ਆ, ਉਸ ਤਰੀਕੇ ਨਾਲ ਇਹ ਫਲੋਰ ਲੈਵ 'ਚ ਆਪਾਂ 21 ਫੁੱਟ ਥੱਲੇ ਪਾਈਲਿੰਗ ਕੀਤੀ ਹੋਆ ਜੀ। ਠੀਕ ਹੈ ਜੀ। ਅਤੇ 10 ਪਿੱਲਰ ਆ, 38 ਫੁੱਟ ਤੋਂ ਨੀਚੇ 21 ਫੁੱਟ ਅਲੱਗ? ਹਾਂਜੀ। ਅੱਛਾ ਜੀ। ਜ਼ਮੀਨ ਫਲੋਰ ਲੈਵਲ ਜਿਹੜੀ ਆ, ਫਲੋਰ ਲੈਵਲ ਹੋ ਗਿਆ ਟੋਟਲ ਜੀ ਆਪਾਂ ਲਾਈ? ਹਾਂਜੀ, ਥੱਲੋਂ 21 ਫੁੱਟ ਜਿਹੜੀ ਉਹ ਜ਼ਮੀਨ 'ਚ ਆ, ਅਤੇ ਉਹਦੇ ਵਿੱਚ ਬਾਹਰਲੇ ਪਾਸੇ ਵੀ ਪਾਈਲਿੰਗ ਕੀਤੀਆਂ ਹੋਈਆਂ ਅਤੇ ਪਿੱਲਰਾਂ ਨਾਲ ਬੰਨੇ ਹੋਏ ਆ, ਅਤੇ ਉਸ ਤੋਂ ਫਲੋਰ ਲੈਵਲ ਤੋਂ 6 ਫੁੱਟ ਥੱਲੇ ਜਾਲ ਬੰਨਿਆ ਹੋਇਆ ਸਾਰਾ ਜੀ, ਉਹਦਾ ਬੇਸਮੈਂਟ ਇਹ ਬਣੀ ਆ ਜੀ ਥੱਲੇ। ਠੀਕ ਹੈ ਜੀ। ਹਾਂਜੀ। ਅਤੇ ਜੇ ਕੋਈ ਵੀਰ ਇਸ ਤਰ੍ਹਾਂ ਦਾ ਬਣਾਉਣਾ ਚਾਹੁੰਦਾ, ਕਿਉਂਕਿ ਵੈਸੇ ਤਾਂ ਮੈਂ ਦੇਖਿਆ ਟੈਂਕੀ ਵਾਲੇ ਛੋਟੇ ਛੋਟੇ ਹੁੰਦੇ ਨੇ, ਪਰ ਆਹ ਜਹਾਜ਼ ਤਾਂ ਜਿਹੜਾ ਕਹਿੰਦੇ ਹੁੰਦੇ ਰਨਵੇ ਵਾਲਾ ਪਹਿਲੀ ਵਾਰ ਦੇਖਿਆ ਆਪਾਂ, ਜੇ ਕੋਈ ਬਣਾਉਣਾ ਚਾਹੁੰਦਾ ਉਹਨੂੰ ਕੀ ਰਾਏ ਦੇਣਾ ਚਾਹੋਗੇ ਜੀ? ਅਸੀਂ ਤਾਂ ਇਹ ਕਹਾਂਗੇ ਜੀ, ਵਧੀਆ ਮਿਸਤਰੀ ਤੋਂ ਬਣਾਓ, ਵਧੀਆ ਚੀਜ਼ ਬਣਾਓ ਜਿਹੜੀ ਦੇਖਣ ਵਾਲੀ ਬਣੇ, ਯਾਦਗਾਰ ਬਣੇ, ਅਤੇ ਉਸ ਹਿਸਾਬ ਨਾਲ ਆਪਣੀ ਬਣਾਉਣੀ ਚਾਹੀਦੀ ਹੈ ਜੀ। ਠੀਕ ਹੈ ਜੀ। ਅਤੇ ਆਪਾਂ ਉੱਪਰ ਵੀ ਦਰਸ਼ਕਾਂ ਨੂੰ ਦਿਖਾਵਾਂਗੇ, ਵਿੱਚੋਂ ਵੀ ਸਾਰੀ ਗੱਲਬਾਤ ਕਰਾਂਗੇ, ਅਤੇ ਆਪਣੇ ਨਾਲ ਫੈਮਿਲੀ, ਆਪਾਂ ਫੈਮਿਲੀ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਕੀ ਕਹਿਣਾ ਜੀ, ਇਹ ਜਹਾਜ਼ ਤੁਹਾਡੇ ਘਰੇ ਆ ਅਤੇ ਤੁਹਾਨੂੰ ਕਿਵੇਂ ਲੱਗਦਾ? ਹਾਂਜੀ ਜੀ, ਬਹੁਤ ਸੋਹਣਾ ਲੱਗਦਾ ਜਿੱਦਾਂ। ਠੀਕ ਹੈ ਜੀ। ਬਾਕੀ ਆਲੇ ਦੁਆਲੇ ਦੇਖਣ ਵਾਲਿਆਂ ਨੂੰ ਜ਼ਿਆਦਾ। ਅੱਛਾ, ਜਿਵੇਂ ਤੁਹਾਡੇ ਰਿਸ਼ਤੇਦਾਰ ਆਉਂਦੇ ਹੋਣਗੇ, ਜਦੋਂ ਉਹ ਕਹਿੰਦੇ ਹੋਣਗੇ ਵੀ ਜਹਾਜ਼ ਵਾਲਾ ਘਰ, ਅਸੀਂ ਵੀ ਅੱਜ ਐਂ ਪੁੱਛਿਆ ਉੱਥੋਂ ਪਿੰਡ 'ਚ ਬੜਿਆਂ, ਜਦੋਂ ਵੀ ਜਹਾਜ਼ ਵਾਲਿਆਂ ਦੇ ਘਰੇ ਜਾਣਾ, ਉਹ ਕਹਿੰਦੇ ਅਗਲੀ ਸੜਕ ਮੁੜ ਜਾਓ ਜੀ, ਤਾਂ ਉਦੋਂ ਵੀ ਤੁਹਾਨੂੰ ਫੀਲ ਹੁੰਦਾ ਹੋਣੀ ਜੀ ਰਿਸ਼ਤੇਦਾਰ ਜਦੋਂ? ਹਾਂਜੀ ਹਾਂਜੀ, ਨਿਸ਼ਾਨੀ ਇਹੀ ਦੱਸੀ ਦੀ ਜਹਾਜ਼ ਵਾਲਾ ਘਰ। ਠੀਕ ਹੈ ਜੀ। ਆਪਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਜੀ। ਮਾਤਾ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਅਸੀਂ ਬਹੁਤ ਸੋਹਣੀ ਚੀਜ਼ ਬਣਾਈ
हाँ जी बहुत साडा प्रेम करते हैं इदा नहीं फील करते असं बहरों आए हैं जो इधर आए इंडिया च बहुत वधिया है बच्चे दिन दुगनी रखे रख हाँ जी उन्होंने सानू हाँ जी प्रेम सानू दिंदे रहन हाँ जी क्यों इदा सा फैमिली बहुत वधिया आ फैमिली साडी वड्डी आ इदा दी नहीं गल हैगी हाँ जी एक बाई होर एक गल होर करनी सी धन्यवाद माता जी दर्शकों ऊपर भी दिखाने जी करते हैं गलबात आ जाओ जी आप तो ना उपर दिखाने जी तो अंकल ना चल रहे उपर आप पिंड का दृश्य भी दिखावे बहुत उच्चा गा तो बहुत सोहना बनया हुआ तो ये पंजाब मतलब बहुत देखे आप डिफरेंट चीज़ा ट्रैक्टर घोड़े जहाज भी देखे ने पर एडा वड्डा जहाज तो जिदे घर वसया हुआ दो रूम बने हुए रहन दा तो एडी उचाई तो भी डर लगता आगे आप सारी गलबात करांगे तो तुहानू दिखावांगे लो जी आप होण लगे हां जहाज के अंदर एंटर तो देख के ना नज़ारा बन्या पिया गा बस पूरा कैड़ा काम किया पिया तो सब तो पहला थोड़ी जी चीज़ दिखाने लगे ना वैसे अपन जहाज के पायलट वास्ते जान नहीं देंदे आ जिहड़ी लगी हुंदी है ना उत्थे पायलट कोले इदू बाद आपां जान नहीं देंदे पर अज आप पायलट दे की कहिंदे कॉकपिट कहिंदे उहनू उस पहुंचे है मेरे मित्र पहुंचे होने नाल आ देखो जी बिल्कुल पायलट वाली जगह पर खड़े हैं देखो कि मतलब सुंदर नज़ारा ये बिजली भी दिखा दो सब तो वड्डी गल है भी ना इन्ना कि ठंडा अंदरों भी इन्नी उचाई तो सानू यकीन नहीं सी भी ठंडा हो इन्ना तो ए सी भी नहीं लग्या तुसीं देख सकदे हो कल्ला पखा लग्या तो आप अंकल नाल गलबात करांगे किन्ने रूम ने जी इत्थे ये दो बैडरूम है जी ठीक है जी आ किचन है जी एक किचन बनी है इहदे देख लो फ्रिज रखी है तो किचन का जो भी है माइक्रोवेव और दूसरा सब कुछ रेडी पिया उपर हाँ जी रेंदे वरतदे जो भी आते यूज करते हैं क्योंकि उन्होंने सिंपल ही रेंदे आके एक मैं हाँ जी तो बाकी आ जरा चौंक किचन तो बाहर अपने सीधा लॉन्च ये बैठे अपने लॉन्च बच्चे है दस तो बारह सीटा का है बैठन सोफा सैट लगे हाँ जी सोफा सैट लगा हुआ जी टेलीविजन लगा हुआ जी बाकी जो मेरे ब्रदर है जिन्हें देने की नाम है जी इन्होंने बड़े ब्रदर कमलजीत सिंह सब तो बड़े जी भरजाई कुलविंदर कौर है जी ठीक है ये बाई का सुपना सी जी जिन्होंने बनाया जी बिल्कुल सानू जो दे के गया यादगार अपनी उन्होंने यादगार जी जहाजा वाला बोलन लाता घर इन्होंने जहाजा वाला पिंड बोलन लाता ही करता वक्री गल है ठीक है जी बहुत बहुत वधिया सोच सी उन्हां दी ते एक चीज़ होर भी तुहानू दिखाउणा है जिवें ना आ देखो इधर रसोई दो बने हुए सिस्टम खाण पीण नू जो कुछ बनना है इत्थे सीधा ट्रांसफर तो कला मतलब जहाज हु नुमा घर नहीं बनाया सहूलत भी एक एक दिती है जहाज वाली तो बहुत वधिया लग्या सब तो वधिया गल है भी ठंडा ये तुसीं गर्मी च भी इत्थे मतलब एसी हाँ जी हाँ जी इत्थे ही सुंदे जी वे मेरा लड़का है पढ़दा है भी एक ये इत्थे ही सुंदा हुंदा तो जो वो आते हैं वो तो तकरीबन खास आते इतने बच्चे रेंदे उत्ते है ठीक है जी टीवी टूवी सारा मतलब इस तुम बाद बाथरूम है ठीक है जी वाशरूम बहुत सोहना बनाया जी तो प्रैशर है जी ठीक है जी ऑटोमैटिक लगा हुआ जी प्रैशर का अच्छा जी टूटी खोलो टेंकी तो सीधा पानी प्रैशर ना आऊगा जी ठीक है टेंकी उपर ही लगी अपने हाँ जी पिछे दिखा दा टेंकी तुहानू आ गीजर लगा हुआ जी इत्थे बाथरूम है जहाज नाल इक अद्धी सहूलत वध ही हो घट नहीं होनी हाँ जी हाँ जी थले रूम नाल वध ही है सहूलत जी बाकी आ लास्ट बैडरूम ठीक है जी ये जो भी मॉडिफाइड सारा इहदे विच कीता गया जी ठीक है जी ते थल्लों कोई चीज़ बन के नहीं आई क्योंकि उहदी चौड़ाई गलाई दे हिसाब नाल बनाया गया जी एक इत्थे गल होर भी शीशा भी ना बाहरों भी दिखा दो जी जिवें अपना बहुत दर्शकों को हुंदा ना एक जो पहली बार जहाज चढ़ते हैं आप बीज भी देखते होंगे बाहर आ खोल के भी दिखा दो माहौल बाहर का तो फर्जे को बैठा हों मेरे वर्ग आई देखी जाता भी आह नज़ारी आई जाता देखो इतने नज़ारे आते तो एक चीज़ मैं तुम्हें यह पूछता सीधा पर सारा जो स्ट्रक्चर से तैयार करके फिर उपर लिया गया नहीं नहीं ये सिर्फ तैयारी यदि इदा की गई है तो ही डिले हो दो साल लग गए कि इन हौली हौली तैयार करते करते
ਬਿਲਡਰ ਤੇ ਹੋਇਆ ਤੇ ਬਾਕੀ ਜਿਹੜੇ ਆ ਮਟੀਰੀਅਲ ਆ ਇਹ ਉੱਤੇ ਤਿਆਰ ਕੀਤਾ ਗਿਆ ਤੇ ਜਿਵੇਂ ਇੱਥੇ ਪਿੱਲਰ ਆ ਗਏ ਹਾਂਜੀ ਤੇ ਛੱਤ ਪਾ ਕੇ ਘੇਰਾ ਉਦੋਂ ਬਾਅਦ ਸਾਰੇ ਬਿਲਡਿੰਗ ਇੱਥੇ ਬਣਾਇਆ ਇੱਥੇ ਇੱਥੇ ਇੱਦਾਂ ਬਣੀ ਜੀ ਇਹ ਥੋੜੀ ਥੋੜੀ ਰੋਜ਼ ਦੀ ਰੋਜ਼ ਥੋੜਾ ਥੋੜਾ ਫੁੱਟ ਫੁੱਟ ਵਾਈ ਚੱਕਦੇ ਬਣਦੀ ਜਾਂਦੀ ਹੁੰਦੀ ਸੀ ਰੋਜ਼ ਦੀ ਰੋਜ਼ ਤੇ ਰਿਸਕੀ ਬਹੁਤ ਰਿਹਾ ਹੋਣਾ ਕੰਮ ਨਾ ਜੀ ਨਹੀਂ ਜੀ ਬਾਹਰ ਸਕੈਫੋਲਡਿੰਗ ਲੱਗੀ ਹੁੰਦੀ ਸੇਫਟੀ ਜ਼ਰੂਰ ਰੱਖੀ ਦੀ ਸੀ ਉਹਦੀ ਠੀਕ ਹੈ ਜੀ ਇਹ ਆਮ ਬੈਡਰੂਮ ਵਾਂਗੂ ਨਹੀਂ ਸੀ ਕਿ ਖੁੱਲ੍ਹਾ ਰੱਖਿਆ ਹੁੰਦਾ ਉਹਦੇ ਸਾਈਡਾਂ ਦੇ ਪਿੱਲਰ ਦੂਜੀ ਬੰਨ ਕੇ ਨਾ ਜਾਲੀ ਠੀਕ ਹੈ ਜੀ ਸੇਮ ਰੱਖਿਆ ਹੁੰਦਾ ਸੀ ਇਹ ਲੰਬਾਈ 'ਚ ਕਿੰਨਾ ਸੀਗਾ ਇਹ 71 ਫੁੱਟ ਹੈ ਜੀ ਲੰਬਾ 71 ਫੁੱਟ ਅਤੇ 11 ਬਾਈ ਚੌੜਾ ਤਾਂ 11 ਫੁੱਟ ਹਾਈਟ ਹੈ ਜੀ ਇਹਦੀ ਠੀਕ ਹੈ ਇੱਥੇ ਜਿੱਥੇ ਖੜੇ ਆਪਾਂ ਔਨ ਲੈਵਲ ਠੀਕ ਹੈ ਜੀ ਇਹ ਆ ਪਿੱਛੇ ਇਹਨਾਂ ਦੇ ਤੁਹਾਨੂੰ ਦਿਖਾ ਦਿੰਦਾ ਇੱਕ जमा शो नहीं हुंदा सीगा ते टैंकी जिहड़ा पिछला कहिंदे पूजी हुंदी आ उहदे विच लाई होई आ अच्छा टुल्लू पंप लग्गा ठीक है जी बहुत सोहना हर एक चीज तुसीं मतलब पूरी टैक्निकल बनाई है ठीक है जी ते बहुत सोहना लग्गिया जी तो दर्शकों भी ये बहुत वधिया लग्या होना तो कई मेरे मित्रां दा एक हुंदा ना सुपना जहाज चढ़न दा तो उन्हां दा जहाज चढ़न दा सुपना इत्थे जरूर पूरा हो जाणा बिल्कुल बिल्कुल बहुत फ्रेंड आउंदे आ उह देख के कहिंदे हैगे सेम कॉपी आ जी इहदे विच सिर्फ चीटां ही आ नहीं बाकी सब कुछ सेम होई आ उहदे नाल जिवें आपां दूजा जहाज हुंदा उहदे नाल किन्ना फर्क है जी इहदा कोई फर्क नहीं जी सहयोग बहुत बहुत धन्यवाद जी तो दर्शकों को कोई संदेश देना चाहो तुम खुले संदेश है जी जो मर्जी जो मर्जी आन देख जी ये चॉकलेट बनाया इतने कोई पाबंदी नहीं है कि यदि जिदा भी आने बिल्कुल धन्यवाद है बिल्कुल मोस्ट वेलकम ये सब तो बहुत वड्डी गल है जी कहिंदे चीज़ तो आप बना लैने पर आप किसी दिखाते नहीं जो आप किसी एंट्री नहीं करते ये बिल्कुल बहुत वड्डा शब्द कहा जो एंड कहा भी जो भी आ सकते दर्शक वीर तो मैं दोबारा एक बार एड्रैस भी अंकल तो कन्फर्म कर दिना कि पिंड पैंदा किहड़े हल्के च किधर दी आना पऊगा जे मतलब कोई भी आना चाहुंदा ये साडा पिंड जी वाहिद पैंदा तहसील फगवाड़ा आ ते डिस्ट्रिक्ट कपूरथला है जदों आना है चंडीगढ़ रोड तो कपूरथला रोड तो खलवाड़ा रोड तो घूमना माणका बाधा पिंड है जी ठीक है ये बाद पिंड है जी ठीक है जी बहुत बहुत धन्यवाद जी ओके थैंक यू बहुत वधिया लग्या सर दी सोच जिहड़ी तुसीं बनाई है ते दिखाई है आपां सर नाल गलबात कीती ते उन्होंने सारा जहाज का मतलब जो जो सिस्टम आपां नूं दस्सिया ते उन्हां दे बेटा जी अपने नाल ने उन्हां नाल आपां गलबात करांगे सत श्री अकाल भाई सत श्री अकाल जी सर भाई जिवें डिफरेंट जी चीज़ बनी अपने घर तो फिर फील जा अजक जिमें कहते नवे मुंडे इंस्टाग्राम से देख के कहते होंगे ना भी थार ले फिर है जो बंदूक वाली कोई नवी नवी चीज़ा करते हैं फिर तुम्हें भी फील हों भी यार थोड़े को मर्जी है पर जो मेरे को नहीं गाँव हाँ जी हाँ जी बखरी जी चीज़ है जी सारे तो बहुत घट किसी है नहीं एक पंजाब एक भी बनी हुई है और वो भी छोटा उस भी इन्ने रूम नहीं है तो पूरा एक लग्जरी होम जहा बनया जी तो सारी सुविधा है ये तो आप भी जो नैट पर पाने तो बहुत लोग मैसेज करते हैं तो भाजी ये टैंकी पानी वाली कई तो समझते हैं पहला तो फिर उन्होंने दसते हैं कि भाजी नहीं रूम बने हुए हाँ जी बहुत वधिया जी दोस्त मित्रा फिर फोन आते हैं तो की कहें उन्होंने तो बहुत आते वो तो कहें जी इतने रह के जाना जी बहुत ठंडा अंदर बहुत ठंडा है ना तो बहर गर्मी हो जाती हीट हो जाती है तो बहुत फ्रेंड मैसेज करते हैं तो फिर उन्होंने वेलकम है जी फैमिली आते हैं सारे देख के जाते हैं जी बहुत खुश होंगे स्टडी वगैरह फिर इत पढ़ते हो फिर कहते उपर आके नजारा आ जाता पढ़ना भी हाँ जी स्टडी रौला रप्पा नहीं उपर हाँ जी ऑनलाइन स्टडी होंगी पेपर इतने पाए सारे उपर बैके कोई रौला रप्पा नहीं कोई सारे इतने बैके आराम हाँ जी बहुत बहुत धन्यवाद भाई जी तो जिमें आप सारे परिवार ने गलबात की है तो थोड़ा बहरों भी वीडियो के आप शॉट लावे बहरों लवेंगे तो जे कोई भी किसी तरह की ਹੁੰਦਾ ਵੀ ਆਪਣੇ ਮਨ 'ਚ ਹੁੰਦਾ ਵੀ ਯਾਰ ਆਹ ਚੀਜ਼ ਬਾਈ ਪੁੱਛਣੀ ਰਹਿ ਗਈ ਜਾਂ ਆਹ ਚੀਜ਼ ਦਿਖਾਉਣੀ ਸੀਗੀ ਤਾਂ ਆਪਾਂ ਕੋਈ ਗੱਲ ਨਹੀਂ ਉਹ ਅੰਕਲ ਤੋਂ ਜਾਂ ਬਾਈ ਤੋਂ ਵੀਡੀਓ ਮੰਗਾ ਕੇ ਆਪਾਂ ਦੁਬਾਰੇ ਪਾ ਦਾਂਗੇ ਉਹ ਚੀਜ਼ ਤਾਂ ਤੁਸੀਂ ਜ਼ਰੂਰ ਦੱਸਿਓ ਪਰ ਇੱਕ ਵਾਰ ਦੇਖ ਕੇ ਜ਼ਰੂਰ ਜਾਇਓ ਬਹੁਤ ਸੋਹਣਾ ਬਣਿਆ ਹੋਇਆ ਕਿਉਂਕਿ ਵਿੱਚ ਵਿੱਚ ਮੇਰੇ ਵਰਗੇ ਪਤਲੇ ਦਿਲ ਵਾਲੇ ਜਹਾਜ਼ 'ਚ ਚੜ੍ਹਨ ਤੋਂ ਹੀ ਡਰੀ ਜਾਂਦੇ ਨੇ ਵੀ ਯਾਰ ਮੈਂ ਨਹੀਂ ਚੜ੍ਹਦਾ ਉਹ ਇੱਥੇ ਆ ਕੇ ਜ਼ਰੂਰ ਚੜ੍ਹ ਜਿਓ ਕਿਉਂਕਿ ਬਹੁਤ ਸੋਹਣਾ ਬਣਿਆ ਹੋਇਆ ਇਹ ਗੱਲ ਹਾਂਜੀ ਬਾਕੀ ਆ ਪਰ ਦੇਖ ਲਓ ਦਿਖਾ ਦਿਓ ਇਹ ਇੱਧਰੋਂ ਆਇਆ ਸਰ ਠੀਕ ਹੈ ਜੀ ਇਹ ਬਿਲਡਰ ਕਹਿੰਦਾ ਪਿੱਲਰਾਂ 'ਤੇ ਖੜੇ ਕਰਨੇ ਜੀ ਥੱਲੇ ਪਿੱਲਰ ਖੜੇ ਕਰਨੇ ਆ ਸਪੋਰਟ ਦੇਣੀ ਆ ਅੱਛਾ ਜੀ ਮੈਂ ਕਿਹਾ ਜੀ ਮੇਰੀ ਉਹ ਸਟਰਕਚਰ 'ਚ ਜਿਹੜੀ ਵਨ ਪੀਸ ਪਿੱਲਰ ਲਾਇਓ ਆ ਜੀ ਵਿੱਚ ਉਹ ਤੋਂ
ਠੀਕ ਹੈ ਜੀ। ਸਰੀਆ 1 ਪੀਸ 25 mm ਦਾ 1 ਪੀਸ ਬਣਿਆ ਹੈ। ਠੀਕ ਹੈ ਜੀ। ਤੇ ਇਹਦੇ ਵਿੱਚ ਵੀ ਕੋਰੋਸੈਂਡ ਦਾ ਜ਼ਿਆਦਾ ਵਰਤੋਂ ਕੀਤੀ ਕਿ ਉਹ ਹਲਕਾ ਹੁੰਦਾ। ਠੀਕ ਹੈ ਜੀ, ਠੀਕ ਹੈ। ਤੇ ਬਾਕੀ ਜਿਹੜਾ ਇੰਜਨ ਆ, ਇੰਜਨ ਦੇ ਲੋ ਵਿੱਚੋਂ ਖਾਲੀ ਹੈ, ਉਹਦਾ ਬਾਹਰੋਂ ਦਾ ਜਾਲ ਬਣਾ ਕੇ ਮੋਡੀਫਾਈਡ ਕੀਤਾ ਹੈ। ਠੀਕ ਹੈ, ਠੀਕ ਹੈ ਜੀ। ਤੇ ਟਾਇਰ ਵੀ ਪੂਰੇ ਲਾਏ ਫਿਰ? ਟਾਇਰ ਜੀ ਓਰੀਜਨਲ ਟਾਇਰ ਹੈ ਜੀ। ਅੱਛਾ ਜੀ, ਇਹ ਕਿਹੜੇ ਗੱਡੀ ਦੇ ਜੀ? ਇਹ ਜਹਾਜ਼ ਵਾਲੀ ਲਿਆਉਂਦੇ ਨੇ? ਇਹ ਸਫਾਰੀ ਗੱਡੀ ਦੇ ਜੀ। ਅੱਛਾ, ਸਫਾਰੀ ਗੱਡੀ ਦੇ ਓਰੀਜਨਲ ਟਾਇਰ ਲਾਏ ਨੇ। ਠੀਕ ਹੈ ਜੀ। ਤੇ ਬਹੁਤ ਸੋਹਣਾ। ਤੇ ਇਹ ਬਾਈ ਦਾ ਨਾਮ ਲਿਖਿਆ, ਕਮਲਜੀਤ ਸਿੰਘ ਬਾਈ ਜੀ। ਠੀਕ ਹੈ ਜੀ। ਇਹ ਬ੍ਰਦਰ ਜੀ ਵੱਡੇ, ਇਹਨਾਂ ਦਾ ਯੋਗਦਾਨ ਹੈ ਜੀ ਸਭ ਤੋਂ। ਠੀਕ ਹੈ, ਠੀਕ ਹੈ। ਪਰਿਵਾਰ 'ਚ ਬਹੁਤ ਵੱਡਾ ਜਜਮਾਨ ਹੈ ਸਾਡੇ ਉਹਨਾਂ ਦਾ। ਠੀਕ ਹੈ ਜੀ। ਅਤੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਅਤੇ ਸਭ ਤੋਂ ਵਧੀਆ ਇਹ ਚੀਜ਼ ਲੱਗੀ ਵੀ ਤੁਸੀਂ ਦਰਵਾਜ਼ੇ ਕਹਿੰਦੇ ਹੁੰਦੇ ਇਕੱਲੇ ਘਰ ਦੇ ਨਹੀਂ ਖੋਲ੍ਹੇ, ਦਿਲ ਦੇ ਵੀ ਖੋਲ੍ਹੇ, ਵੀ ਕੋਈ ਵੀ ਦੇਖ ਸਕਦਾ, ਕੋਈ ਵੀ ਇਹਦੇ ਵਿੱਚ ਆ ਕੇ ਜਾ ਸਕਦਾ। ਕਿਉਂਕਿ ਇੱਕ ਚੀਜ਼ ਸ਼ੌਂਕ ਨੁਮਾਂ ਤੁਸੀਂ ਬਣਾਈ ਹੈ, ਤੁਹਾਡੇ ਬ੍ਰਦਰ ਨੇ ਬਣਾਈ ਆ, ਤੁਹਾਡੀ ਫੈਮਿਲੀ ਨੇ ਬਣਾਈ ਆ, ਤੁਹਾਡਾ ਨਾਂ, ਤੁਹਾਡੇ ਪਿੰਡ ਦਾ ਨਾਮ, ਤੁਹਾਡੀ ਫੈਮਿਲੀ ਦਾ ਨਾਮ, ਅਤੇ ਇਲਾਕੇ ਦਾ ਨਾਂ ਵੀ ਇੱਕ ਰੋਸ਼ਨ ਕੀਤਾ ਕਹਿ ਸਕਦੇ। ਬਿਲਕੁਲ ਬਿਲਕੁਲ, ਵਾਹਿਗੁਰੂ ਮਿਹਰ ਕੀਤੀ ਸਾਰਿਆਂ ਦਾ ਜੀ, ਬਰਾਬਰੀ ਆ ਜੀ, ਬਰਾਬਰੀ ਆ ਜੀ। ਅਤੇ ਬਹੁਤ ਵਧੀਆ ਲੱਗਦਾ ਜੀ। ਅਤੇ ਇਸ ਤਰ੍ਹਾਂ ਦੀਆਂ ਮਿੱਤਰੋ ਜੇ ਕੋਈ ਵੀ ਚੀਜ਼ ਹੁੰਦੀ ਆ ਬਣਾਈ ਡਿਫਰੈਂਟ, ਅਤੇ ਆਪਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਆਪਾਂ ਉੱਥੇ ਵੀ ਪਹੁੰਚਾਂਗੇ ਅਤੇ ਵੀਡੀਓ ਬਣਾਵਾਂਗੇ, ਅਤੇ ਇਸ ਤਰ੍ਹਾਂ ਦੇ ਆਪਾਂ ਘਰ ਤੁਹਾਨੂੰ ਦਿਖਾਉਂਦੇ ਰਹਾਂਗੇ। ਧੰਨਵਾਦ ਜੀ। ਆਪਣੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰ ਲਓ ਜੀ। ਧੰਨਵਾਦ।